मेरिया पहला दो रिफ्यूजल सगिया मैम तो हूँ वीज़ा मैंने विजन ग्रुप वाले ने दिता विद इन 20 डेज। हनीश सर बहुत वधिया गाइड करते सारे सानू हनीश सर ने कहा था कि वीज़ा आ जाऊगा तो सर ने लिया के भी दिखाता वीज़ा असं बहुत खुश हाँ स्टाफ भी बड़ा कोऑपरेटिव है सारे 11th तो ही कर रहे कि मैं जाना कैनेडा का वीज़ा आया मेरा दो रिफ्यूजल के बाद वीज़ा आया सर ने दवाया बड़े खुश हैं विजन ग्रुप स्टाफ और सर की जिनी तारीफ की जाए उन्नी घट है सर हर एक पक्षों साथ देंगे ने हर एक गल के नाल खड़ते हैं हर तो विश्वास दवाते हैं तो पूरा भी करते हैं काफ़ी टाइम से सर पे ट्रस्ट है क्योंकि हमें 3 केसेस हो चुके हैं जैसे मेरा बड़ा भाई मेरा सिस्टर और एक फ्रेंड मतलब यहीं से हम करवाते हैं अपना कोई विश्वास पहले से ही था कि हो जाएगा सारा कुछ विजन ग्रुप तो बेस्ट लुधियाने के होर कोई नहीं है सानू बहुत वधिया लग रहा बहुत वधिया एक्सपीरियंस रहा सारा स्टाफ बहुत कोऑपरेटिव आ असीं जिनी बार भी मर्जी कॉल करो जिनी बार मर्जी आओ हमेशा खुश होकर बोलते सारे हंस के बोलता स्टाफ वधिया पॉजिटिव वाइब मिलती है हर बार स्टाफ तो कदें कुछ नैगेटिव नहीं मिलिया तो साडा दूसरा बेटा हुण प्लस 2 टेस्ट टाइम उसकी फाइल भी इत्थे लवावांगे अपने भी आने वाले बाकी होर रिश्तेदारां दे इत्थे ही लवावांगे वीज़े असीं तुसीं किधर दा वीज़ा लवाया ਅਸੀਂ ਕੈਨੇਡਾ ਦਾ ਵੀਜ਼ਾ ਲਵਾਇਆ ਵੀਜ਼ਨ ਗਰੁੱਪ ਬਾਰੇ ਕਿਹਨੇ ਦੱਸਿਆ ਸੀ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ 3 ਰਿਫਿਊਜ਼ ਨਾਲ ਸੀ ਜੀ ਪਹਿਲਾਂ ਮੈਂ ਸਟਾਫ ਵੀ ਵਧ ਗਿਆ ਹਨੀਸ਼ ਉੱਪਰ ਸਰ ਵਧ ਗਿਆ ਉਹਨਾਂ ਨੇ ਵਧੀਆ ਗਾਈਡ ਕੀਤਾ ਸਾਨੂੰ ਕਿ ਸਾਡਾ 20 ਦਿਨਾਂ ਵੀਜ਼ਾ ਆ ਗਿਆ 20 ਦਿਨਾਂ ਵਿੱਚ ਤੁਹਾਡਾ ਜਿਹੜਾ ਵੀਜ਼ਾ ਆ ਗਿਆ ਇਸ ਬਾਰੇ ਹਨੀਸ਼ ਸਰ ਦੇ ਗਾਈਡੈਂਸ ਬਾਰੇ ਤੇ ਸਟਾਫ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਵਧੀਆ ਸਟਾਫ ਹਾਂ ਵਧੀਆ ਗਾਈਡ ਕੀਤਾ ਸਾਨੂੰ ਮੈਂ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਮੈਂ ਸਰ ਤੁਸੀਂ ਕਿੱਥੋਂ ਦੇ ਹੋ ਮੈਂ ਲੋਕਲੀ ਲੁਧਿਆਣੇ ਤੋਂ ਹੀ ਹਾਂ ਸਰ ਮੇਰੀਆਂ ਪਹਿਲਾਂ 2 ਰਿਫਿਊਜ਼ਲਾਂ ਸੀਗੀਆਂ ਮੈਮ ਤੇ ਹੁਣ ਵੀਜ਼ਾ ਮੈਨੂੰ ਵਿਜ਼ਨ ਗਰੁੱਪ ਵਾਲਿਆਂ ਨੇ ਦਿੱਤਾ ਵਿਦ ਇਨ 20 ਡੇਜ਼ ਵਿਦਇਨ 20 ਡੇਜ਼ ਵਾਹ ਕਿਆ ਬਾਤ ਹੈ ਸਰ ਕੀ ਕਹਿਣਾ ਚਾਹੋਗੇ ਹਨੀਸ਼ ਸਰ ਦੀ ਗਾਈਡੈਂਸ ਬਾਰੇ ਤੇ ਸਟਾਫ ਦੀ ਗਾਈਡੈਂਸ ਬਾਰੇ ਹਨੀਸ਼ ਸਰ ਬਹੁਤ ਵਧੀਆ ਗਾਈਡ ਕਰਦੇ ਆ ਸਾਰਿਆਂ ਨੂੰ ਸਾਨੂੰ ਹਨੀਸ਼ ਸਰ ਨੇ ਕਿਹਾ ਤਾਂ ਸੀ ਕਿ ਵੀਜ਼ਾ ਆ ਜਾਊਗਾ ਤਾਂ ਸਰ ਨੇ ਲਿਆ ਕੇ ਵੀ ਦਿਖਾਤਾ ਵੀਜ਼ਾ ਅਸੀਂ ਬਹੁਤ ਖੁਸ਼ ਹਾਂ ਸਟਾਫ ਵੀ ਬੜਾ ਕੋਆਪਰੇਟਿਵ ਆ ਸਾਰੇ ਇਹ ਤੁਹਾਡਾ ਕਿੰਨੇ ਸਾਲ ਦਾ ਸੁਪਨਾ ਸੀਗਾ ਜਿਹੜਾ ਅੱਜ ਪੂਰਾ ਹੁੰਦਾ ਹੋਇਆ ਦਿਖ ਰਿਹਾ 3 ਸਾਲ ਦਾ ਸੀਗਾ ਮੈਮ ਐਕਚੁਅਲੀ ਮੈਂ 11th ਤੋਂ ਹੀ ਕਰ ਰਿਹਾ ਸੀ ਕਿ ਮੈਂ ਜਾਣਾ ਕੈਨੇਡਾ ਦਾ ਵੀਜ਼ਾ ਆਇਆ ਮੇਰਾ जिनी तारीफ की जाए उन्नी घट है जी क्योंकि सर हर एक पक्षों साथ देंगे ने हर एक गल के नाल खड़ते हैं हर तो विश्वास दवाते हैं तो पूरा भी करते हैं स्टाफ सब कुछ गुड है जी मैं तो होर भी कहूँगा कि जेडे मेरे होर रिलेटिव ने जिन्होंने लवाने ने वीजे मैं इतने लैके आऊँगा इन्होंने को ਸਰ ਕਿਨਾਂ ਨੇ ਤੁਹਾਨੂੰ ਦੱਸਿਆ ਸੀਗਾ ਵਿਜ਼ਨ ਗਰੁੱਪ ਬਾਰੇ ਸੋਸ਼ਲ ਮੀਡੀਆ ਤੋਂ ਦੇਖਿਆ ਜੀ ਕੋਲ ਹੁਣ ਤਾਂ ਸਭ ਕੁਝ ਸਾਹਮਣੇ ਇਹ ਵੀਜ਼ਾ ਆ ਗਿਆ ਹੁਣ ਤਾਂ ਸਭ ਸੁਪਨੇ ਪੂਰੇ ਹੋ ਰਹੇ ਨਹੀਂ ਸਭ ਦੀਪਾਂਸ਼ ਸੂਦ ਲੁਧਿਆਣਾ ਸੀ ਬਿਲੋਂਗ ਕਰਦਾ ਲੁਧਿਆਣਾ ਤੋਂ ਹੀ ਬਿਲੋਂਗ ਕਰਦੇ ਹੋ ਤੇ ਸਰ ਤੁਹਾਡੇ ਕੋਈ ਤੁਹਾਡਾ ਫਰੈਸ਼ਰ ਕੇਸ ਆ ਕਿ ਤੁਹਾਡੇ ਕੋਈ ਰਿਫਿਊਜ਼ਰ ਸੀ ਫਰੈਸ਼ ਕੇਸ ਤਾਂ ਬਿਲਕੁਲ ਅਭੀ ਮੇਰੀ ਰੀਸੈਂਟਲੀ ਪੜ੍ਹਾਈ ਖਤਮ ਹੋਈ ਸੀ ਮਈ ਕੇ ਅੰਦਰ ਫਿਰ ਉਸਕੇ ਬਾਅਦ ਮੈਨੇ ਸੋਚਿਆ ਕਿ ਮੈਂ ਕਿ ਬਾਹਰ ਜਾਣਾ ਹੈ ਕਿ ਮਤਲਬ ਕਿਆ ਕੋਰਸ ਵਗੈਰਾ ਦੇਖੇ ਫਿਰ ਉਸਕੇ ਬਾਅਦ ਮੇਰਾ ਐਕਚੁਅਲੀ ਮੇਰਾ ਬੜਾ ਬ੍ਰਦਰ ਵੀ ਬਾਹਰ ਹੀ ਥਾ ਤੋ ਮੇਰਾ ਪਹਿਲੇ ਸੇ ਵੀ ਇੱਕ ਡ੍ਰੀਮ ਥਾ ਕਿ ਮੈਂ ਵਹੀਂ ਪੇ ਜਾਊਂ ਔਰ ਵਹੀਂ ਪੇ ਹੀ ਪੜੂੰ ਔਰ ਮੇ ਕੋ ਇੱਕ ਥਾ ਵਹਾਂ ਪੇ ਮਤਲਬ ਪੜ੍ਹਨੇ ਕਾ ਮਤਲਬ ਇੱਕ ਕਾਲਜ ਸਾ ਜੋ ਮੇ ਕੋ ਪਹਿਲੇ ਸੇ ਹੀ ਮੇ ਕੋ ਪਤਾ ਥਾ ਕਿ ਮੇ ਕੋ ਯਹੀ ਪੜ੍ਹਨਾ ਹੈ ਔਰ ਯਹੀ ਕੋਰਸ ਕਰਨਾ ਹੈ ਤੋ ਫਿਰ ਮੈਨੇ ਯਹਾਂ ਪੇ ਅਪਰੋਚ ਕੀਆ ਉਨਕੋ ਹਮ ਤੋ ਯਹਾਂ ਪੇ ਮਤਲਬ काफ़ी टाइम से सर पे ट्रस्ट है क्योंकि हमें 3 केसेस हो चुके हैं जैसे मेरा बड़ा भाई मेरा सिस्टर और एक फ्रेंड मतलब यहीं से हम करवाते हैं अपना कोई विश्वास पहले से ही था कि हो जाएगा सारा कुछ सर तुसी किधर दा वीज़ा लगाया है कैनेडा कैनेडा दा तुसी वीज़ा लगाया जेड़ा सपना आया हुन सच होंदा होया दिखाई दे रहा हाँ जी हाँ जी बिल्कुल मेरा बेटा पहला भी बाहर ही है वो भी केस इत्थों ही लगवाया सारा ਔਰ ਅਗਰ ਕੋਈ ਹੋਰ ਵੀ ਸਾਨੂੰ ਪੁੱਛਦਾ ਸੀ ਤਾਂ ਉਹਨੂੰ ਵੀ ਇਹੀ ਗਾਈਡ ਕਰਦੇ ਸੀ ਕਿਉਂਕਿ ਵਿਜ਼ਨ ਗਰੁੱਪ ਤੋਂ ਬੈਸਟ ਲੁਧਿਆਣਾ ਦੇ ਵਿੱਚ ਹੋਰ ਕੋਈ ਨਹੀਂ ਹੈਗਾ ਮੋਸਟਲੀ ਇਹ ਮੰਨ ਕੇ ਚੱਲੋ ਵੀ ਕਦੇ ਵੀ ਰਿਫਿਊਜ਼ਲ ਜਲਦੀ ਦੇਣਾ ਆਏਗੀ ਨਹੀਂ ਮੇਰੇ ਤੋਂ ਜ਼ਿਆਦਾ ਖੁਸ਼ੀ ਮੇਰੇ ਬੱਚਿਆਂ ਨੂੰ ਬਾਹਰ ਭੇਜਣ ਦੀ ਹੈ ਕਿ ਉਹਨਾਂ ਦਾ ਸੁਪਨਾ ਇਹ ਸਾਕਾਰ ਹੋਇਆ ਅਮਰਿੰਦਰ ਸਿੰਘ ਜੀ ਕਿੱਧਰ ਬਿਲੋਂਗ ਕਰਦੇ ਹੋ ਤੁਸੀਂ ਜੱਸੋਵਾਲ ਸੋਧਾ ਸਭ ਤੋਂ ਪਹਿਲਾਂ ਇੱਧਰ ਤੁਹਾਨੂੰ ਕਿਹਨੇ ਰਿਕਮੈਂਡ ਕੀਤਾ ਹੈ ਵਿਜ਼ਨ ਗਰੁੱਪ ਵਾਲੇ ਇਹ ਸੋਸ਼ਲ ਮੀਡੀਆ ਤੋਂ ਦੇਖਿਆ ਸੀ ਅਸੀਂ ਸੋਸ਼ਲ ਮੀਡੀਆ ਤੋਂ ਦੇਖਿਆ ਸੀ ਤੇ ਹੁਣ ਤੁਹਾਡੇ ਕੋਈ ਰਿਫਿਊਜ਼ਰ ਸੀਗੇ ਹਾਂਜੀ 2 ਰਿਫਿਊਜ਼ਰ ਸੀ ਪਹਿਲਾਂ ਸਰ ਨੇ ਯਕੀਨ ਦਵਾਇਆ ਸੀ ਤਾਂ ਪੂਰਾ ਲੱਗ ਰਿਹਾ ਸੀ ਇਸ ਵਾਰ ਕਿ ਹਾਂ ਆਊਗਾ ਸਰ ਹਨੀਸ਼ ਸਰ ਦੀ ਗਾਈਡੈਂਸ ਬਾਰੇ ਤੇ ਜਿਹੜੇ ਸਟਾਫ ਦੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਸਟਾਫ ਬਹੁਤ ਕੋਆਪਰੇਟਿਵ ਆ ਬਹੁਤ ਇਹਨਾਂ ਨੇ ਯਕੀਨ ਦਵਾਇਆ ਸਾਨੂੰ ਕਿ ਆਊਗਾ ਤੇ ਅਸੀਂ ਵੀ ਤਾਂ ਹੀ ਪੋਜ਼ਿਟਿਵ ਰਹਿ ਸਕੇ ਲੋ ਜੀ ਤੁਹਾਡੀ ਮੰਮਾ ਵੀ ਮੌਜੂਦ ਨੇ ਸੋ ਮੰਮਾ ਨਾਲ ਗੱਲ ਕਰਦੇ ਆ ਮੰਮੀ ਜੀ ਫਾਈਨਲੀ ਮੁੰਡਾ ਜਿਹੜਾ ਬਾਹਰ ਜਾ ਰਿਹਾ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਮਤਲਬ ਸੁਪਨਾ ਜਿਹੜਾ ਹੈ ਪੂਰਾ ਹੁੰਦਾ ਹੈ ਨਜ਼ਰ ਆ ਰਿਹਾ ਹਾਂਜੀ ਹਾਂਜੀ 6 ਮਹੀਨੇ ਬਾਅਦ ਤੁਹਾਡੇ ਮੁੰਡੇ ਦਾ ਜਿਹੜਾ ਵੀਜ਼ਾ ਆਇਆ ਹੈ ਕੀ ਕਹਿਣਾ ਚਾਹੋਗੇ ਹਨੀ ਸਰ ਦੀ ਗਾਈਡੈਂਸ ਬਾਰੇ ਉਹ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਬਹੁਤ ਵਧੀਆ ਉਹ ਕੀਤੀ ਡੀਲ ਅਸੀਂ ਜਦੋਂ ਵੀ ਆਉਂਦੇ ਸੀ ਸਾਨੂੰ ਹਮੇਸ਼ਾ ਯਕੀਨ ਹੀ ਦਵਾਉਂਦੇ ਸੀ ਉਹ ਵੀ ਆਏਗਾ ਹੀ
ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਰਾ, ਸਟਾਫ ਬਹੁਤ ਕੋਆਪਰੇਟਿਵ ਆ। ਅਸੀਂ ਜਿੰਨੀ ਵਾਰ ਵੀ ਮਰਜ਼ੀ ਕਾਲ ਕਰੋ, ਜਿੰਨੀ ਵਾਰ ਮਰਜ਼ੀ ਆਓ, ਹਮੇਸ਼ਾ ਖੁਸ਼ ਹੋ ਕੇ ਬੋਲਦੇ, ਸਾਰੇ ਹੱਸ ਕੇ ਬੋਲਦਾ ਸਟਾਫ, ਵਧੀਆ ਪੋਜ਼ਿਟਿਵ ਵਾਈਬ ਮਿਲਦੀ ਆ ਹਰ ਵਾਰ ਸਟਾਫ ਤੋਂ, ਕਦੇ ਕੁਝ ਨੈਗੇਟਿਵ ਨਹੀਂ ਮਿਲਿਆ ਕਿ ਸਰ ਦੀ ਗਾਈਡੈਂਸ ਬਹੁਤ ਵਧੀਆ। ਅਸੀਂ ਇਹਨਾਂ ਦੀ ਮੰਨ ਕੇ ਚੱਲੇ ਹਾਂ ਅਤੇ ਤੁਹਾਡਾ ਦੂਸਰਾ ਬੇਟਾ ਹੁਣ ਪਲੱਸ ਟੂ 'ਤੇ ਇਸ ਟਾਈਮ, ਉਸ ਦੀ ਫਾਈਲ ਵੀ ਉੱਥੇ ਹੀ ਲਵਾਵਾਂਗੇ, ਆਪਣੇ ਵੀ ਆਉਣ ਵਾਲੇ ਬਾਕੀ ਹੋਰ ਰਿਸ਼ਤੇਦਾਰਾਂ ਦੇ ਉੱਥੇ ਹੀ ਲਵਾਵਾਂਗੇ ਵੀਜ਼ੇ ਅਸੀਂ। ਬਹੁਤ ਜ਼ਿਆਦਾ ਵਧੀਆ ਨੇ ਸਰ, ਜਿਵੇਂ ਕਿ ਇਹਨਾਂ ਦੇ 6 ਮਹੀਨੇ ਬਾਅਦ ਵੀਜ਼ਾ ਲੱਗਿਆ ਅਤੇ 2 ਰਿਫਿਊਜ਼ਰ ਪਹਿਲਾਂ ਸੀ, ਮਨ 'ਚ ਕੁਝ ਸੀਗਾ ਵੀ ਹੁਣ ਨਹੀਂ ਲੱਗਣਾ, ਡਰ ਤੋਂ ਹੋ ਸੀ, ਹਜੇ ਵੀ ਅੱਜ ਵੀ ਸਵੇਰ ਦਾ ਦਿਲ ਸਾਡਾ ਧੜਕਦਾ ਵੀ ਪਤਾ ਨਹੀਂ ਕੀ ਆਇਆ ਆ। ਸਾਨੂੰ ਮੇਲ ਆ ਚੁੱਕੀ ਸੀ ਬਟ ਇਹ ਕਹਿ ਰਹੇ ਸੀ ਤੁਹਾਡੀ ਇੰਟਰਵਿਊ ਆਈ ਆ, ਵੀ ਇੰਟਰਵਿਊ ਹੋਏਗੀ ਸਰ, ਪ੍ਰਾਈਸ ਇਹਨਾਂ ਦਾ ਕੋਈ ਠੀਕ ਆ, ਬਟ ਜਦ ਤੱਕ ਇਹ ਹੱਥ 'ਚ ਨਹੀਂ ਆਈ ਵੀ ਪੀ ਆਰ ਸਾਡੇ, ਜਦ ਤੱਕ ਦਿਲ ਧੜਕਦਾ ਰਿਹਾ ਵੀ ਉੱਥੇ ਬਹਿ ਕੇ ਵੀ ਉਹਨਾਂ ਨੇ ਸਰਪ੍ਰਾਈਜ਼ ਦਿੱਤਾ ਵੀ ਨਹੀਂ ਤੁਹਾਨੂੰ ਇੰਟਰਵਿਊ ਇਸ ਤਰ੍ਹਾਂ ਕਰਨੀ ਆ, ਇਸ ਤਰ੍ਹਾਂ ਕਰਨੀ ਆ, ਬਟ ਬਹੁਤ ਵਧੀਆ ਲੱਗਿਆ, ਹੁਣ ਤਾਂ ਫਾਈਨਲੀ ਜਾਏਗਾ। ਜੇ ਤੁਸੀਂ ਵੀ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਬਾਹਰ ਜਾਣਾ ਚਾਹੁੰਦੇ ਹੋ, ਤਾਂ ਜ਼ਰੂਰ ਵਿਜ਼ਨ ਗਰੁੱਪ ਜਿਹੜਾ ਹੈ ਇੱਕ ਵਾਰੀ ਵਿਜ਼ਿਟ ਕਰੋ ਅਤੇ ਹੋਰ ਬਥੇਰੀ ਅਪਡੇਟਸ ਲਈ ਦੇਖਦੇ ਰਹੋ। ਦ ਸਿਟੀ ਹੈਡਲਾਈਨ, ਮੈਂ ਨੇਹਾ ਮਲਿਕ, ਕੈਮਰਾ ਪਰਸਨ ਕਰਨ ਕੁਮਾਰ ਨਾਲ।